ਸਮਝੋ ਵੀ ਸੱਚ ਕਿਹਾ ਅੱਲਾਹ ਨੇ ਕੁਰਾਨ ਵਿੱਚ ਕਿਹਾ ਨਹੀਂ ਮਾਲ ਤੋਂ ਔਲਾਦ ਫਿਤਨਾ ਨੇ, ਹੁਣ ਤਾਂ ਉਹਨਾਂ ਨੂੰ ਕਿਹਨੂੰ ਮੁਹੱਬਤ ਨਹੀਂ। ਅਤੇ ਫਿਰ ਅੱਗੋਂ ਕਹਿ ਰਿਹਾ ਵੀ ਕਿ ਜੇ ਜਿਹੜੀ ਚੀਜ਼ ਪੈਦਾ ਨਹੀਂ ਹੋਈ ਅਸੀਂ ਉਹਦੇ 'ਤੇ ਈਮਾਨ ਰੱਖਦੇ ਹਾਂ। ਉਹਨਾਂ ਕਿਹਾ ਵੀ ਸੱਚ ਕਿਹਾ ਉਮਰ, ਕੁਰਾਨ ਪੈਦਾ ਨਹੀਂ ਹੋਇਆ, ਕੁਰਾਨ ਨਾਜ਼ਲ ਹੋਇਆ। ਅੱਗੋਂ ਸੁਣ ਅਲੀ, ਉਹ ਕਹਿ ਰਹੇ ਨੇ ਬਗੈਰ ਵੁਜ਼ੂ ਦੇ ਸਲਾਤ ਪੜ੍ਹਨੇ ਆ। ਉਹਨਾਂ ਕਿਹਾ ਉਹ ਵੀ ਠੀਕ ਆ, ਉਹਨਾਂ ਨੇ ਦਰੂਦ ਜਿਹੜਾ ਵੇ ਬਗੈਰ ਵੁਜ਼ੂ ਦੇ ਹੀ ਪੜਿਆ ਜਾਂਦਾ, ਤਾਂ ਉਹਦੇ ਦੋ ਮਤਲਬ ਨੇ। ਉਹਨਾਂ ਕਿਹਾ ਜਿਹੜੀ ਆਖਰੀ ਗੱਲ ਕੀਤੀ ਉਹ ਤਾਂ ਮੇਰੀ ਉਹ ਤਾਂ ਕਹਿ ਉਹ ਤਾਂ ਮੇਰੀ ਵੀ ਸਮਝੋ ਬਾਹਰ ਹੈ। ਉਹਨਾਂ ਕਿਹਾ ਲਈ ਉਹ ਉਮਰ ਉਹ ਕਿਹੜੀ, ਉਹ ਆਉਂਦਾ ਜਿਹੜੀ ਚੀਜ਼ ਮੇਰੇ ਕੋਲ ਉਹ ਅੱਲਾਹ ਕੋਲ ਵੀ ਕੋਈ ਨਹੀਂ। ਸੱਤ ਅਲੀ ਕਹਿੰਦੇ ਨੇ ਉਮਰ ਉਹਦੇ ਬੀਵੀ ਬੱਚੇ ਹੈ ਨੇ? ਉਹਨਾਂ ਕਿਹਾ ਬਿਲਕੁਲ ਹੈ ਨੇ। ਤਾਂ ਉਹਨਾਂ ਠੀਕ ਕਹਿ ਨਾ ਉਹਨੇ ਅੱਲਾਹ ਦੇ ਬੀਵੀ ਬੱਚੇ ਹੈ ਨੇ। ਇਹ ਇੱਕ ਮੁਕਾਲਮਾ ਹੋ ਰਿਹਾ ਵੇ ਉਹਨਾਂ ਬੰਦਿਆਂ ਵਿੱਚ ਜਿਹੜੇ ਈਮਾਨ ਵਾਲੇ ਨੇ। ਇਹ ਜਿਹੜੀ ਅੱਗੇ ਉਸਮਾਨ ਬਾਈ ਗੱਲ ਕਰ ਰਹੇ ਸਨ ਨਾ, ਅੱਗੇ ਗੱਲ ਹੋ ਰਹੀ ਸੀ ਜੇ ਅਸੀਂ ਮੂਮਨ ਗੱਲ ਕਰਦੇ ਹਾਂ ਕਿ ਈਮਾਨ ਵਾਲੇ ਗੱਲ ਕੀਤੀ ਜਾਂਦੀ ਕਿ ਇਸ ਬੰਦੇ 'ਚ ਈਮਾਨ ਹੈ। ਸਾਡੇ ਵਿੱਚ ਈਮਾਨ ਨਹੀਂ ਹੈ, ਈਮਾਨ ਕੁਰਬਾਨੀ ਮੰਗਦਾ। ਈਮਾਨ ਵਾਲੇ ਉਹ ਲੋਕ ਸਨ ਜਿਨ੍ਹਾਂ ਕੁਰਬਾਨੀ ਦਿੱਤੀ। ਅਤੇ ਉਹ ਉਸਨੇ ਸਮਾਨ ਬਈ ਮੈਂ ਗੱਲ ਕਰ ਲੈਂਦਾ ਹਾਂ, ਤਾਂ ਫਿਰ ਤੂੰ ਗੱਲ ਲੱਗੂ ਤੁਹਾਡੀ ਡੋਰ ਵੀ, ਤਾਂ ਫਿਰ ਮੈਂ ਚੁੱਪ ਕਰ ਗਿਆ। ਗੱਲ ਹੁੰਦੀ ਹੈ ਉਹ ਤਾਂ ਫਿਰ ਜ਼ਰਾ ਕੱਟੀ ਦੀ ਨਹੀਂ, ਵਿੱਚ ਸੁਣ ਲਈ ਨਹੀਂ ਬਸ। ਮੇਰੀ ਬਾਤ ਆ ਰਹੀ ਹੈ? ਅੱਛਾ ਆਮਿਰ ਭਾਈ, ਤੁਸੀਂ ਇਹ ਕਿੱਥੋਂ ਪੜ੍ਹੀ ਸੀ ਇਹ ਜਿਹੜੀ ਰਵਾਇਤ ਸਾਡੇ ਤੁਸੀਂ ਪੜ੍ਹੀ ਹੈ? ਮੈਂ ਪੜ੍ਹੀ ਨਹੀਂ, ਮੈਂ ਕਿਹਾ ਮੈਂ ਸੁਣੀ ਹੈ। ਐ ਨਾ ਦਰਅਸਲ ਇਹਦਾ ਜਿਹੜਾ ਮਤਨ ਹੈਗਾ ਨਾ, ਮਤਨ ਹੀ ਇਹਦਾ ਮੌਜੂ ਲੱਗਦਾ ਵਾ, ਮਤਨ ਤੋਂ ਹੀ ਮੌਜੂ ਲੱਗਦੀ ਪਈ ਹੈ। ਅਲੀ ਦੀ ਸ਼ਾਨ ਦੇ ਬਾਰੇ ਜ ਬਿਆਨ ਹੋਇਆ ਤੇ ਉਹਦੇ ਵਿੱਚ ਇਹ ਵਾਕਿਆ ਸੁਣਾਇਆ ਗਿਆ। ਮਤਨ ਤੋਂ ਹੀ ਮੌਜੂ ਲੱਗਦੀ ਪਈ ਹੈ, ਅਤੇ ਅਗਰ ਤੇਰਾ ਰੈਫਰੈਂਸ ਮਿਲ ਜਾਵੇ ਨਾ ਤਾਂ ਬੜੀ ਅੱਛੀ ਗੱਲ ਹੈ। ਜੀ ਇਹਦਾ ਹੁਣ ਰੈਫਰੈਂਸ ਢੂੰਡਣਾ ਪੈਣਾ ਵੇ, ਅਤੇ ਇਹ ਤੁਹਾਡੇ ਇਲਮ ਵਿੱਚ ਹੈ ਉਹ ਕੌਣ ਬੈਠੇ ਨੇ? ਨਹੀਂ ਮੇਰੇ ਇਲਮ ਦੇ ਵਿੱਚ ਨਹੀਂ, ਸਾਡੇ ਪਤਾ ਨਹੀਂ ਕਿਹੜੇ ਬੈਠੇ ਨੇ ਉੱਥੇ। ਨੁਕਸਾਨ ਖੁਦ ਕਿਆ, ਮੇਰਾ ਤਾਂ ਕੋਈ ਨੁਕਸਾਨ ਨਹੀਂ ਹੋਇਆ, ਉਸਕੀ ਜੋ ਆਪਣੀ ਤਰਬੀਅਤ ਥੀ ਵੋ ਪਹਿਲੇ ਜੀ ਨਹੀਂ ਮਸਲਕ ਦੀ ਮੈਂ ਗਰਜ਼ ਨਹੀਂ ਹੈ। ਕਿਤਾਬ ਸੁਮਾਨੇ ਗਨੀ ਨਾਲ ਉਤਰੇ ਜਿਹੜੇ ਤਿੰਨੇ ਸ਼ਖਸੀਅਤਾਂ ਨੇ, ਫਿਰ ਉਸ ਤੋਂ ਬਾਅਦ ਤਲੀ ਦਾ ਜਿਹੜਾ ਉਹ ਮੈਂ ਸੁਣਿਆ, ਉਹਦੇ 'ਚ ਇਹ ਵਾਕਿਆ ਕੋਟ ਹੋਇਆ।
ਤੁਹਾਨੂੰ ਇਹ ਕਿਤੇ ਤੁਸੀਂ ਸਰਚ ਕਰਦੇ ਰਹਿੰਦੇ ਹੋ, ਤੁਸੀਂ ਲੋਕ ਇਲਮ ਵਾਲੇ ਬੰਦੇ ਹੋ ਅਤੇ ਸਰਚ ਕਰਦੇ ਹੋ, ਅਤੇ ਆ ਮੈਨੂੰ ਜ਼ਰੂਰ ਦੱਸੀਓ ਕਿ ਕਿਸ ਕਿਸ ਜਗ੍ਹਾ ਦੇ ਉੱਤੇ ਵੀ ਇਹਦੀ ਅੱਗੂ ਤਫਸੀਲ ਵੀ ਜਿਹੜੀ ਹੈ ਮਜ਼ੇਦਾਰ ਹੋਣੀ ਹੈ, ਪੜ੍ਹਨ ਵਾਲੀ ਹੋਣੀ ਹੈ। ਕੋਈ ਜਨਾਬੇ ਵਾਲਾ ਪਤਾ ਕਰਨਾ ਪਏਗਾ ਨਾ, ਸਰਚ ਕਰਨਾ ਪਏਗਾ ਕਿ ਆਇਆ ਯਾਰ ਵਾਕਿਆ ਮੌਜੂਦ ਵੀ ਹੈ ਕਿਸੇ ਕਿ ਨਹੀਂ ਹੈ, ਮੈਂ ਕਿਸੇ ਨੇ ਮਫਰੂਜ਼ਾ ਕਰ ਦਿੱਤਾ ਪੜ੍ਹ ਕੇ, ਇਹ ਤੁਹਾਨੂੰ ਦੇਖਣਾ ਪਏਗਾ। ਹੁਣ ਅਸੀਂ ਉਂਗਲੀ ਨਹੀਂ ਚੁੱਕ ਸਕਦੇ ਆਲਮਾਂ ਦੇ ਉੱਤੇ, ਸਾਡੀ ਫਿਤਰਤ ਕੋ ਨਹੀਂ ਨਾ ਉਂਗਲੀ ਚੁੱਕਣਾ। ਬਗੈਰ ਤਵੱਜੋ ਹੀ ਦੇ ਉਹਨਾਂ ਦੇ ਕੋਲ ਉਹਨਾਂ ਨੇ ਗੱਲ ਕਰ ਦਿੱਤੀ ਹੋਵੇ, ਉਹਨੂੰ ਲੱਭਣੀ ਪਏਗੀ ਕਿੱਥੇ ਲਿਖਿਆ ਹੈਗਾ, ਬਾਕੀ ਫਿਰ ਇਨਸ਼ਾਅੱਲਾ ਫਿਰ ਹੀ ਗੱਲ ਹੋਏਗੀ ਇਸ ਉੱਤੇ। ਤੇ ਮੇਰੇ ਕੋਲ ਹੈ ਬਹੁਤ ਦੁਕਾਨ ਦੇ ਉੱਤੇ, ਜੇ ਬਹੁਤ ਅੰਨਾ ਹਵਾਈ ਨੇ ਵਿਰਾਟ ਕੋਹਲੀ ਤੇ ਤਾਂ ਮੈਂ ਪੂਰਾ ਉਹ ਕਲਿਪ ਸੁਣਾ ਦਾਂ। ਹਾਲਾਂ ਇਹ ਜੋ ਜਿਸ ਤਰ੍ਹਾਂ ਮੈਂ ਸੁਣਾਇਆ ਮੈਂ ਤਾਂ ਪੰਜਾਬੀ 'ਚ, ਉਹਨਾਂ ਦੇ ਹੈਰ ਉਰਦੂ ਦੇ ਵਿੱਚ ਗੱਲ ਕੀਤੀ ਹੈ, ਲੇਕਿਨ ਅੰਦਾਜ਼ੇ ਬਿਆਨ ਬਹੁਤ ਕਮਾਲ ਦਾ ਸੀ, ਲਫਜ਼ਾਂ ਦੀ ਚਨਾਓ ਬੜਾ ਅੱਛਾ ਸੀ। ਆਮਿਰ ਬਾਈ ਇੱਕ ਹੋਰ ਵਜ੍ਹਾ ਤੋਂ ਨਾ ਮੈਂ ਅੱਜ ਅਲਫਾਜ਼ ਕਹਿੰਦਾ ਨਾ, ਮੈਂ ਇੱਕ ਹੋਰ ਵਜ੍ਹਾ ਤੋਂ ਵੀ ਕਹਿੰਦਾ ਕਿ ਹਜ਼ਰਤ ਹੁਜ਼ੈਫ਼ਾ ਬਿਨ ਯਮਾਨ ਜਿਹੜੇ ਨੇ ਨਾ, ਇਹ ਦਰਵੇਸ਼ ਸਹਾਬੀ ਨਹੀਂ ਨੇ। ਦਰਵੇਸ਼ ਸਹਾਬੀ ਨੇ ਹਜ਼ਰਤ ਅਬੂ ਜ਼ਰ ਗਫਾਰੀ ਜਾਂ ਹਜ਼ਰਤ ਅਬੂ ਅਯੂਬ ਅੰਸਾਰੀ, ਇਹ ਦਰਵੇਸ਼ ਸਹਾਬੀ ਨੇ। ਆਹੋ ਪਰ ਉਹਦੇ ਵਿੱਚ ਐਨੀ ਦਲੀਲੀ ਤਾਂ ਮੈਂ ਨਹੀਂ ਕਿਹਾ, ਮੇਰੇ ਵਾਸਤੇ ਤਾਂ ਜ਼ਹਿਰੀ ਗੱਲ ਇਹ ਚੀਜ਼ ਨੂੰ ਇੰਨੀ ਡੂੰਘਾਈ ਨਾਲ ਸੋਚਣ ਦੀ ਜ਼ਰੂਰਤ ਨਹੀਂ। ਮੁਲਾਕਾਤ ਹੋਣੀ ਵੀ ਕਹਿ ਸਕਦੇ ਹੋ ਨਾ, ਗਜ਼ਦਾਫਾ ਦੀ ਮੁਲਾਕਾਤ ਹੈ, ਤੁਮਰੇ ਫਰੋਕ ਨਾਲ ਕਿਹੜਾ ਨਹੀਂ ਹੋਈ ਹੋਣੀ। ਨਹੀਂ ਅਸਲ ਵਿੱਚ ਨਾ ਭਾਵੇਂ ਬਈ ਗੱਲ ਹੈ ਕਿ ਮੁਲਾਕਾਤ ਤਾਂ ਸਹਾਬਾਂ ਨਾਲ ਵੀ ਆਉਂਦੀ ਰਹੀ ਹੈ, ਹਰ ਕਿਸੇ ਨਾਲ ਆਉਂਦੀ ਹੈ, ਲੇਕਿਨ ਇਹ ਕਿ ਇੱਕ ਚੀਜ਼ ਸਹਾਬਾ ਤੋਂ ਸਾਬਿਤ ਹੀ ਨਾ ਹੋਵੇ ਤਾਂ ਅਸੀਂ ਉਹ ਸ਼ਾਨ ਦੇ ਚੱਕਰਾਂ ਦੇ ਵਿੱਚ ਸਹਾਬਾ ਵੱਲ ਮਨਸੂਬ ਕਰ ਦਈਏ। ਉਹ ਇੱਕ ਲਹਿਦਾ ਚੀਜ਼ ਹੈ, ਉਹਦੇ ਤੁਸੀਂ ਕਹਿ ਸਕਦੇ ਹੋ। ਜੀ ਜੀ, ਇਹੀ ਮੈਂ ਸਿਰਫ ਅਰਜ਼ ਕਰਨਾ ਚਾਹ ਰਿਹਾ, ਜਿਵੇਂ ਹੁਣ ਇੱਕ ਹੋਰ ਕਹਿ ਸਕਦੇ, ਕਿਉਂਕਿ ਉਮੂਮਨ ਇਹ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ ਅਕੀਦਤ ਦੀ, ਮੁਹੰਮਦ ਦੀ ਹਾਦੀ ਚ ਹੱਥ ਬਲਾਲ ਵੀ ਜ਼ਾਹਰ ਨਾ ਦੇ ਤੇ ਦੀਨ ਕੋ ਨਹੀਂ ਚੜਦਾ। ਫਾਜ਼ਿਲ ਬਰੇਲਵੀ ਰਹਿਮਤੁਲਲਾਹ ਅਲੈਹ, ਜੀ ਜੀ ਮੈਂ ਅਰਜ਼ ਕਰਨਾ, ਫਾਜ਼ਿਲ ਬਰੇਲਵੀ ਰਹਿਮਤੁਲਲਾਹ ਨੇ ਵੀ ਲਿਖਿਆ ਕਿ ਰਾਫਜ਼ੀਆਂ ਨੇ ਮੌਲਾ ਅਲੀ ਦੀ ਸ਼ਾਨ ਦੇ ਵਿੱਚ 300,000 ਰਵਾਇਤਾਂ ਝੂਠੀਆਂ ਗੜੀਆਂ ਨੇ, ਅਤੇ ਹੁਣ ਉਹ ਜਿਵੇਂ ਉਹ ਇੱਕ ਰਵਾਇਤ ਹੈ ਵੀ ਇਹ ਕਿ ਦਮੁ ਕਦਮੀ ਲਹਮੀ ਕਲਹਮੀ ਲਹਮੁ ਕਲਹਮੀ, ਕਿ ਅਲੀ ਦਾ ਖੂਨ ਮੇਰਾ ਖੂਨ ਹੈ, ਅਲੀ ਦਾ ਗੋਸ਼ਤ ਮੇਰਾ ਗੋਸ਼ਤ ਹੈ। ਫਜ਼ਾਨ ਬਾਈ, ਅਸਲ ਮਸਲਾ ਹੈ ਕਿ ਅਸੀਂ ਟਿਕ ਟਾਕ 'ਤੇ ਬੈਠੇ ਹਾਂ, ਇੱਥੇ ਇਸ ਤਰ੍ਹਾਂ ਦਾ ਹਿਸਾਬ ਹੈ ਕਿ ਕਿਸੇ ਵੀ ਬਾਰੇ ਦੇ ਵਿੱਚ, ਖਾਸ ਤੌਰ 'ਤੇ ਪਹਿਲੇ 4 ਖਲੀਫਾ ਜਿਹੜੇ ਨੇ, ਕਿਸੇ ਦੀ ਬਾਰੇ 'ਚ ਗੱਲ ਕੀਤੀ ਜਾਏ ਤਾਂ ਉਹਦੀ ਜੱਜਮੈਂਟ ਅੱਗੂ ਇੱਕ ਮਿੰਟ 'ਚ ਸਾਨੂੰ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਆਹ ਬੰਦਾ ਕਿੱਥੋਂ ਬੋਲਦਾ ਪਿਆ ਅਤੇ ਕੀ ਗੱਲ ਪਿਆ ਕਰਦਾ। ਇਹ ਅਜੀਬ ਜਿਹਾ ਮਾਹੌਲ ਹੈ, ਮੈਂ ਸਾਲ ਹੋ ਗਿਆ ਮੈਂ ਬਰਾਟ ਬੰਦ ਕਰ ਛੜੀ ਹੈ। ਸੁਮਾਨ ਬਾਈ ਨੂੰ ਪਤਾ ਹੈ,
ਅਬੂ ਅਸਲ ਬਾਈ ਨੂੰ ਪਤਾ ਮੈਂ ਲਾਈਵ ਨਹੀਂ ਆਉਂਦਾ ਹੁਣ, ਮੈਨੂੰ ਜ਼ਰੂਰਤ ਹੀ ਕੋਈ ਨਹੀਂ ਇਸ ਗੰਦ ਦੀ ਚਾਉਣ ਦੀ। ਮੈਂ ਬਰਾਡ ਦੇ ਉੱਤੇ ਵੀ, ਬਰਾਡਾਂ ਦੇ ਉੱਤੇ ਬਹੁਤ ਘੱਟ ਬੈਠਣਾ ਵਾਂ, ਕਿਉਂਕਿ ਇੱਥੇ ਤੁਸੀਂ ਕਿਸੇ ਨਾਲ ਵੀ ਗੱਲ ਕਰੋ ਤੇ ਉਹਦਾ ਅਜੀਬ ਜਿਹਾ ਗੁਰ ਸੱਡ ਨਿਕਲੇਗਾ, ਤੁਹਾਨੂੰ ਜਿਹੜਾ ਵਾਪਸ ਆਂਸਰ ਆਵੇਗਾ ਨਾ ਉਹ ਤੁਹਾਡੀ ਸਮਝੋ ਵੀ ਉੱਤੇ ਹੋਵੇਗਾ। ਅਤੇ ਮੇਰਾ ਕੀਤਾ ਇੱਥੇ ਤੱਕ ਕਿ ਮੈਂ ਉਹਨਾਂ ਬੰਦਿਆਂ ਦਾ ਆਪਣੀ ਜ਼ਬਾਨ 'ਤੇ ਨਾਂ ਲੈਣਾ ਵੀ ਜਿਹੜਾ ਨਾ ਉਹ ਕਹਿ ਲਓ ਕਿ ਮੈਂ ਇਸ ਕਾਬਲ ਨਹੀਂ ਆਪਣੇ ਆਪ ਨੂੰ ਸਮਝਦਾ, ਜਿਨ੍ਹਾਂ ਬੰਦਿਆਂ ਦਾ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਵਾਂ ਮੈਂ ਇਸ ਕਾਬਲ ਵੀ ਨਹੀਂ ਹੈ ਕਿ ਮੇਰੇ ਮੂੰਹ 'ਚੋਂ ਲਿਫਾ ਉਹਨਾਂ ਦੇ ਨਾਂ ਜਿਹੜੇ ਨੇ ਨਿਕਲਣ। ਅਤੇ ਬਰਾਡਾ ਨੂੰ ਤਾਂ ਬੜਾ ਕੁਝ ਹੁੰਦਾ ਪਿਆ ਇੱਥੇ, ਲੋਕ ਤੇ ਨਹੀਂ ਹੈ ਜਿਨ੍ਹਾਂ ਦੇ ਬਾਰੇ 'ਚ ਅਸੀਂ ਆਰਾਮ ਨਾਲ ਗੱਲ ਕਰ ਸਕਦੇ ਹਾਂ ਕਿ ਸੁਭਾਵਿਕ ਰਾਮ ਨੇ, ਉਹ ਆਮ ਲੋਕ ਨਹੀਂ ਹੈ, ਮੇਰਾ ਇਹ ਇਮਾਨ ਹੈ ਇਸ ਗੱਲ 'ਤੇ, ਉਹ ਆਮ ਲੋਕ ਨਹੀਂ ਹੈ। ਆਮ ਲੋਕਾਂ 'ਚ ਵੇਖਣਾ, ਅਸੀਂ ਆਮ ਲੋਕ ਹਾਂ, ਸਾਡੇ ਬਾਪ ਦਾਦਾ ਮੁਸਲਮਾਨ, ਪੜਦਾਦਾ ਮੁਸਲਮਾਨ, ਅਸੀਂ ਆਪਣੀ ਨਸਬ ਸੁਣਾਉਂਦੇ ਹੁੰਦੇ ਕਿ ਫਲਾਣਾ ਸਾਡੀ ਅੱਜ ਤੱਕ ਲੀੜੀ ਹੈ, ਉਹਨਾਂ ਦੀ ਕਿਹੜੀ ਨਸਬ ਜਿਹੜੀ ਅਸਮ ਨਸਬ ਸਾਹਮਣੇ ਆਉਂਦੇ ਨੇ ਬਈ, ਉਹਨਾਂ ਦੇ ਹਸਬ ਆਏ ਨੇ ਸਾਹਮਣੇ, ਨਸਬ ਦੇ ਵਿਚਾਰਾਂ ਦੇ ਹੈ ਹੀ ਕਿਉਂ ਨਹੀਂ ਸਨ। ਇਹ ਸਾਡਾ ਦੀਨ ਕੁਰਬਾਨੀ ਮੰਗਦਾ ਹੈ ਫਜ਼ਾਨ ਸਾਹਿਬ, ਅਸੀਂ ਲੋਕ ਕੁਰਬਾਨੀ ਨਹੀਂ ਦਿੱਤੀ, ਉਹਨਾਂ ਕੁਰਬਾਨੀ ਦਿੱਤੀ ਹੈ, ਰਜ਼ੀ ਅੱਲਾਹ ਅਨਹ ਤਦ ਕਿਹਾ ਗਿਆ ਕੁਰਾਨ 'ਚ। ਕਿਤੇ ਜੋ ਜੋ ਸੁਣੀਦਾ ਵੇਲਾ ਮਾਫ਼ੀ ਦੇ ਬਸ, ਆਹਨਾ ਕਿ ਕਿਧਰੇ ਕੁਕਾਨੀ 'ਚ ਗਏ ਨਾ ਹੋਵੇ, ਸੀਸਾ ਪਲਾਈ ਸਾਡੇ ਵੀ ਕੰਨਾਂ ਦੇ ਵੀ ਜਣਾ ਵੜ ਜੇ ਕਿ ਅਸੀਂ ਗੱਲ ਸੁਣਨੇ ਆ ਬਏ, ਇਸ ਗੱਲ ਇਸ ਚੀਜ਼ ਤੋਂ ਥੋੜ੍ਹੇ ਜਿਹੇ ਹਟ ਗਏ ਹਾਂ। ਜਿਸ ਸ਼ਖਸੀਅਤ ਨੇ ਸਾਨੂੰ ਇਸ ਚੀਜ਼ ਦੇ ਪਿੱਛੇ ਲਾਇਆ ਸੀ ਨਾ, ਉਹ ਸ਼ਖਸੀਅਤ ਖਮੋਸ਼ ਹੋਈ, ਅਸੀਂ ਵੀ ਖਮੋਸ਼ ਹੋ ਗਏ ਹਾਂ, ਉਹ ਨਿਸ਼ਾ ਹੋ ਰਹੀ। ਸਾਦੇ ਬੰਦੇ ਹਾਂ ਅਤੇ ਸਾਦੀ ਜ਼ਿੰਦਗੀ ਕੱਢੀ ਹੈ ਬਸ, ਬਹੁਤੀਆਂ ਚੀਜ਼ਾਂ ਨਹੀਂ ਆਉਂਦੀਆਂ। ਜਿਸ ਚੀਜ਼ ਨੂੰ ਸਾਡੇ ਨਬੀ ਨੇ ਗਲਤ ਕਹਿ ਦਿੱਤਾ ਵੇ ਉਹ ਖਤਮ ਗੱਲ ਹੋ ਗਈ, ਉੱਥੇ ਦੂਸਰੀ ਗੱਲ ਤਾਂ ਸੋਚਣੀ ਵੀ ਜਿਹੜੀ ਉਹ ਗੁਬਾਰਾ ਨਹੀਂ ਨਾ। ਗੱਲ ਠੀਕ ਹੈ, ਲੇਕਿਨ ਮੈਂ ਇੱਕ ਮਾਮਲੇ ਦੇ ਵਿੱਚ ਬੜਾ ਸਖਤ ਹਾਂ, ਮੈਂ ਇਸ ਗੱਲ ਉਸ ਮੌਜੂਦ 'ਤੇ ਮੈਂ ਟਾਪਿਕ 'ਤੇ ਮੈਂ ਨਹੀਂ ਗੱਲ ਕਰਦਾ, ਮਸਲਕ ਦੇ ਬਾਰੇ 'ਚ ਮੈਂ, ਜਿੱਥੇ ਵੀ ਚਾਹੇ ਮੇਰੇ ਆਪਣੇ ਦੋਸਤ ਬੈਠੇ ਹੋਣ ਉਹ ਕੋਈ ਬਹਿਸ ਕਰ ਰਹੇ ਹੋਣ ਤਾਂ ਮੈਂ ਉੱਥੋਂ ਹਟ ਜਾਂਦਾ, ਕਿਉਂਕਿ ਕਾਹਦਿਆਂ ਨਹੀਂ ਕੀ ਕਰਦੇ ਨੇ ਬੋਬੀ ਇਹੀ ਪੇ ਕਰਦੇ, ਉਹ ਤੁਹਾਨੂੰ ਫੜਦੇ ਹੀ ਇੱਥੋਂ ਨੇ। ਆਪਣਾ ਫਿਰਕਾ ਦੱਸੋ ਜੀ, ਬੇਬੇ ਉਹਨਾਂ ਦੀ ਦੱਸੀਏ,
ਮੈਨੂੰ ਲੱਗਦਾ ਸਾਰੀ ਸੌਂ ਗਏ ਤੇ ਬਹਿ ਗੱਲਾਂ ਪੈ ਜਾਗ ਨਾ। ਚੂ ਚੂ ਵੀ ਨਹੀਂ ਕਰਦੇ।